ਤਲਵੰਡੀ ਭਾਈ ਵਿੱਚ ਅੱਜ ਆਂਗਨਵਾੜੀ ਵਰਕਰਾਂ ਅਤੇ ਪ੍ਰੀਤ ਯੂਥ ਕਲੱਬ ਵੱਲੋਂ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦੇ ਤਹਿਤ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦਿਆਂ ਮੈਡਮ ਦਰਸ਼ਨਾ ਰਾਣੀ ਅਤੇ ਕਲੱਬ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ, ਇਸ ਪ੍ਰੋਗਰਾਮ ਵਿੱਚ ਗਰਭਵਤੀ ਔਰਤਾਂ ਨੂੰ ਗੋਦ ਭਰਾਈ ਵੱਲੋਂ ਪੌਸ਼ਟਿਕ ਖੁਰਾਕ ਦੇ ਨਾਲ ਨਾਲ ਕੱਪੜੇ ਕੰਬਲ ਵੰਡੇ ਗਏ ਹਨ ਅਤੇ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਇਹਨਾਂ ਔਰਤਾਂ ਨੂੰ 5,000 ਰੁਪਏ ਦੀ ਰਾਸ਼ੀ ਮਿਲਦੀ ਹੈ। ਉਸ ਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ ਇਸ ਬਾਰੇ ਵੀ ਔਰਤਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਕਲੱਬ ਵੱਲੋਂ ਆਏ ਹੋਏ ਪਤਵੰਤਿਆ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਫਿਰੋਜ਼ਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ਅਵਤਾਰ ਸਿੰਘ ਜੀ, ਅਵਤਾਰ ਸਿੰਘ ਜੀ, ਕੀ ਪ੍ਰੋਗਰਾਮ ਹੈ ਅੱਜ? ਅਸੀਂ ਆਪਣੀ ਪ੍ਰੀਤ ਯੂਥ ਕਲੱਬ ਅਤੇ ਬਲਾਕ ਵਿਕਾਸ ਪ੍ਰੇਡੀਓ ਦੇ ਪ੍ਰੋਜੈਕਟ ਦੇ ਬਲਾਕ ਹਲਖੁਰ ਦੇ ਸਹਿਯੋਗ ਨਾਲ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਤਹਿਤ ਅਸੀਂ ਸਮਾਗਮ ਕਰਵਾ ਰਹੇ ਹਾਂ ਗੁਰਦੁਆਰਾ ਸਾਹਿਬ ਤਲਵੰਡੀ ਭਾਈ ਵਿਖੇ, ਜੋ ਕਿ ਇਸ ਵਿੱਚ ਗਰਭਵਤੀ ਔਰਤਾਂ ਨੂੰ ਜੋ ਦੀ ਖੁਰਾਕ ਹੈ ਨਾਲ ਸਨਮਾਨਿਤ ਕਰ ਰਹੇ ਹਾਂ, ਦੇ ਰਹੇ ਹਾਂ, ਨਾਲ ਸਿੱਖਿਆ ਦੇ ਰਹੇ ਹਨ। ਡਾਕਟਰ ਸਾਹਿਬ ਆਏ ਹੋਏ ਨੇ, ਟੀਮ ਆਈ ਹੋਈ ਹੈ, ਅਤੇ ਨਾਲ ਜਿਹੜੇ 6 ਸਾਲ 1 ਸਾਲ ਤੋਂ 3 ਸਾਲ ਦੀ ਬੱਚੀ ਹੈ ਉਹਨਾਂ ਨੂੰ ਅਸੀਂ ਸੂਟ ਵਗੈਰਾ ਦੇ ਕੇ ਵੀ ਨਾਲ ਬੱਚੇ ਨੂੰ ਸਨਮਾਨਿਤ ਕਰ ਰਹੇ ਹਾਂ, ਕਿਉਂਕਿ ਉਹਨਾਂ ਨੇ ਆਪਣੀ ਇਸ ਦੁਨੀਆ 'ਤੇ ਜਨਮ ਲਿਆ ਹੈ ਧੀਆਂ ਦੀ, ਜੋ ਕਿ ਇਸ ਦਰ ਪੀੜ੍ਹੀ ਜੋ ਦੁਨੀਆ ਚੱਲਦੀ ਹੈ, ਇਸ ਕਰਕੇ ਧੀ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਹਾਡੇ ਕਲੱਬ ਵੱਲੋਂ ਹੋਰ ਕਿਹੜੇ ਸਮਾਜ ਸੇਵੀ? ਅਸੀਂ ਕੋਰੋਨਾ ਵਾਇਰਸ ਦੇ ਵਿੱਚ ਘਰ ਘਰ ਜਾ ਕੇ ਮੈਡੀਕਲ ਕੈਂਪ ਵਗੈਰਾ, ਦਵਾਈਆਂ ਦਿੱਤੀਆਂ, ਲੰਗਰ ਦਾ ਪ੍ਰਬੰਧ ਕੀਤਾ ਗਿਆ, ਹਰ ਮਹੀਨੇ ਗਰੀਬ ਕੁੜੀ ਦੀ ਅਸੀਂ ਲੜਕੀ ਦੀ ਸ਼ਾਦੀ ਕਰਦੇ ਹਾਂ, ਹੋਰ ਵੀ ਕਈ ਤਰ੍ਹਾਂ ਦੇ ਅਸੀਂ ਇਸ ਤੋਂ ਇਲਾਵਾ ਕੰਮ ਕੀਤੇ ਹਨ। ਦਰਸ਼ਨਾ ਰਾਣੀ, ਆਂਗਨਵਾੜੀ ਵਰਕਰ। ਅੱਜ ਦਾ ਪ੍ਰੋਗਰਾਮ ਸਾਡੀ ਮਹਿਲਾ ਦਿਵਸ ਵੱਲੋਂ ਹੈ। ਸਾਡਾ ਪ੍ਰੋਗਰਾਮ ਹੈ ਬੇਟੀ ਪੜ੍ਹਾਓ ਬੇਟੀ ਬਚਾਓ, ਔਰ ਸਾਡਾ ਇਹ ਅਨਬਰਸ਼ਰ ਦਿਵਸ ਹੈ, ਜੋ ਕਿ ਸਾਡੇ ਬੱਚੀਆਂ ਛੋਟੀਆਂ ਬੱਚੀਆਂ ਨੂੰ ਪਹਿਲੇ ਦੁੱਧ ਪਿਲਾਉਣ ਤੋਂ ਪਹਿਲਾਂ ਜੋ ਵੀ ਅਨਾਜ ਦਿੱਤਾ ਜਾਂਦਾ ਹੈ ਉਹਦਾ, ਉਸ ਬਾਰੇ ਇੱਕ ਪ੍ਰੈਗਨੈਂਟ ਔਰਤਾਂ ਬਾਰੇ ਹੈ ਵੀ ਜੋ ਅਸੀਂ ਬੱਚਿਆਂ ਦੇ ਦੇਖ ਰੇਖ ਕਿਵੇਂ ਕਰਨੀ ਆ ਉਹਨਾਂ ਨੂੰ ਦੱਸਿਆ ਜਾਂਦਾ ਇਹਦੇ ਵਿੱਚ। ਔਰ ਸਾਡੇ ਬਾਕੀ ਜੋ ਸਾਡੇ ਮੁੱਖ ਮਹਿਮਾਨ ਆਏ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ, ਸਭ ਨੂੰ ਜੀ ਆਇਆਂ ਆਖਦੇ ਹਾਂ। ਧੰਨਵਾਦ। ਬੂਟਾ ਰਾਮ ਰੋਡ ਆ ਜੀ। ਸਰ, ਅੱਜ ਦਾ ਕੀ ਪ੍ਰੋਗਰਾਮ? ਅੱਜ ਬੇਟਾ ਜੀ, ਇੱਕ ਤਾਂ ਜਿਹੜੀਆਂ ਪ੍ਰੈਗਨੈਂਟ ਸਾਡੀਆਂ ਬੱਚੀਆਂ ਨੇ ਉਹਨਾਂ ਨੂੰ ਬੁਲਾਇਆ ਗਿਆ ਹੈ, ਅਤੇ ਜਿਹੜੀਆਂ ਕੋਈ 3-4 ਸਾਲ ਦੀਆਂ ਬੱਚੀਆਂ ਬੱਚੇ ਨੇ ਉਹਨਾਂ ਨੂੰ ਬੁਲਾਇਆ ਗਿਆ ਹੈ, ਸਿਰਫ ਇਸ ਵਾਸਤੇ ਕਿ ਸਰਕਾਰ ਲੋਕ ਬੇਟੀ ਬਚਾਓ ਬੇਟੀ ਪੜ੍ਹਾਓ ਕਰੀ ਜਾਂਦੇ, ਪਰ ਛੋਟੇ ਵੀਰ ਕੋਲ ਅਮਲੀ ਰੂਪ ਨਹੀਂ ਹੈਗਾ। ਆ ਜਿਹੜੀਆਂ ਐਵੇਂ ਖਾਨੇ ਪੂਰੀ ਜਿਹੜੀ ਕੀਤੀ ਜਾ ਰਹੀ ਹੈ, ਮੈਂ ਤਾਂ ਆਪਦੀ ਜ਼ਿੰਦਗੀ ਦੇ ਵਿੱਚ ਵੇਖਿਆ ਹੈ, ਬਹੁਤ ਸਤਿਕਾਰ ਹੁੰਦਾ ਸੀ ਔਰਤਾਂ ਦਾ, ਪਰ ਅੱਜ ਜਿਹੜੀ ਦੁਰਦਸ਼ਾ ਸਾਡੀਆਂ ਬੱਚੀਆਂ ਦੀ, ਸਾਡੀਆਂ ਭੈਣਾਂ ਦੀ, ਸਾਡੀ ਮਾਵਾਂ ਦੀ ਹੋ ਰਹੀ ਹੈ, ਮੇਰੀਆਂ ਤਾਂ ਅੱਖਾਂ ਉਸ ਸ਼ਰਮ ਨਾਲ ਨੀਵੀਆਂ ਹੁੰਦੀਆਂ ਨੇ। ਅਸੀਂ ਵੈਸੇ ਧੰਨਵਾਦੀ ਹਾਂ ਬੇਟੇ ਅਵਤਾਰ ਸਿੰਘ ਦੇ, ਜਿਹੜੇ ਯੂਥ ਪ੍ਰੀਤ ਕਲੱਬ ਦੇ ਪ੍ਰਧਾਨ ਨੇ, ਇਹਨਾਂ ਨੇ ਬੜੇ ਯਤਨ ਕੀਤੇ ਨੇ ਅਜਿਹੇ, ਪਰ ਗੱਲ ਇਹ ਵੀ ਅੱਜ ਤੁਸੀਂ ਵੇਖਿਆ ਵੀ ਇੱਥੇ ਕੋਈ ਵੀ ਸਾਡਾ ਸ਼ਹਿਰ ਦਾ ਕੋਈ ਲੀਡਰ, ਕੋਈ ਹੋਰ ਕੋਈ ਅਫਸਰ ਬਿਲਕੁਲ ਨਹੀਂ ਆਇਆ। ADC ਨੇ ਸਾਨੂੰ ਕਿਹਾ ਵੀ ਜ਼ਰੂਰ ਮੈਂ ਆਵਾਂਗੀ, ਉਹਨਾਂ ਨੇ ਵੀ ਆ ਕੇ ਮੌਕੇ 'ਤੇ ਜਵਾਬ ਦੇ ਦਿੱਤਾ ਹੈ, ਮੇਰੇ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕੀਤੀਆਂ। ਮੈਂ ਬੇਨਤੀ ਕਰਦਾ ਵੀ ਜਿਹੜੇ ਸਾਡੇ ਬੱਚੇ ਬੱਚੀਆਂ, ਕੋਈ DC ਹੈ ਭਾਵੇਂ ਕੋਈ ਮਜਿਸਟਰੇਟ ਹੈ, ਉਹ ਸਗੋਂ ਸਾਨੂੰ ਆ ਕੇ ਸੇਧ ਦੇਣ, ਤਾਂ ਇਸ ਕਰਕੇ ਮੈਂ ਬੇਨਤੀ ਕਰਦਾ ਇਹ ਸਾਰਾ ਜਿਹੜਾ ਹਾਊਸ ਅੱਜ 71 ਹੈ, ਆਂਗਨਵਾੜੀ ਜਿਹੜੇ ਵਰਕਰ ਸਾਡੀਆਂ ਬੱਚੀਆਂ ਭੈਣਾਂ ਨੇ, ਇਹ ਅੱਗੇ ਲੱਗ ਕੇ ਇਹੋ ਜਿਹੇ ਜਿਹੜੇ ਕੰਮ ਨੇ ਉਹਨਾਂ ਨੂੰ ਨੇਪਰੇ ਚਾੜਨ, ਤਾਂ ਹੀ ਸਾਡੇ ਦੇਸ਼ ਦਾ ਭਲਾ ਹੋ ਸਕਦਾ ਬੇਟੇ। ਜੇਕਰ ਸਾਡੇ ਦੇਸ਼ ਦੀ ਔਰਤ ਜਿਹੜੀ ਹੈ ਉਹਦਾ ਸਤਿਕਾਰ ਨਹੀਂ, ਤਾਂ ਮੈਂ ਸਮਝਦਾ ਵੀ ਸਾਡੇ ਦੇਸ਼ ਦੀ ਐਕਸਪਾਇਰੀ ਡੇਟ ਜਿਹੜੀ ਉਹ ਨੇੜੇ ਹੈ। ਮੈਨੂੰ ਲੱਗਦਾ ਕਿ ਸਿਆਸੀ ਲੀਡਰਾਂ ਨੂੰ ਸਿਆਸੀ ਸਟੇਜਾਂ 'ਤੇ ਜਾਣ ਦੇ ਬਜਾਏ ਅਜਿਹੇ ਪ੍ਰੋਗਰਾਮਾਂ ਵਿੱਚ ਵੀ ਆਉਣਾ ਚਾਹੀਦਾ। ਹਾਂ ਬੇਟੇ, ਸਿਆਸੀ ਤਾਂ ਅੱਜ ਕੱਲ੍ਹ ਤੁਸੀਂ ਵੇਖਿਆ ਵੀ ਇਲੈਕਸ਼ਨ ਹੋ ਕੇ ਅੱਡੇ ਨੇ, ਸਿਰਫ ਵੋਟਾਂ ਵਾਸਤੇ ਸਾਨੂੰ ਧੀਆਂ ਭੈਣਾਂ ਦਾ ਮਾੜਾ ਮੋਟਾ ਕੋਈ ਸਤਿਕਾਰ ਕੀਤਾ ਜਾਂਦਾ ਹੈ। ਮੈਂ ਤਾਂ ਵੇਖਿਆ ਵੀ ਜਿੱਥੇ ਵੀ ਜਾਓ, ਅੱਜ ਇੱਕ ਬੱਚੀ ਦਾ ਮੈਂ ਬਿਆਨ ਪੜ੍ਹਿਆ ਵੀ ਮੈਂ ਆਪਣੇ ਬਾਪ ਦੇ ਬੱਚੇ ਦੀ ਮਾਂ ਬਣਨ ਵਾਲੀ ਹਾਂ, ਤਾਂ ਬੇਟਾ ਇਹ ਗੱਲ ਦੱਸੋ ਕਿੱਡੀ ਕਿੱਡੀ ਵੱਡੀ ਹੈ। ਅੱਜ ਸਾਡੀਆਂ ਬੱਚੀਆਂ ਦਾ ਇਹ ਹਾਲ ਹੈ, ਅਤੇ ਸਿਆਸੀ ਬੰਦੇ ਜਿਹੜੇ ਉਹਨਾਂ ਨੂੰ ਤਾਂ ਸਿਰਫ ਵੋਟਾਂ ਨਾਲ ਮਤਲਬ ਹੈ ਬੇਟੇ, ਹੋਰ ਉਹਨਾਂ ਨੂੰ ਕੋਈ ਸਾਡੀ ਇੱਜ਼ਤ ਨਾਲ, ਸਾਡੀ ਅਣਖ ਨਾਲ ਕੋਈ ਵਾਸਤਾ ਨਹੀਂ ਹੈਗਾ। ਮੇਰਾ ਨਾਮ ਆਸ਼ਾ ਪਾਲ ਕੌਰ।
अज का प्रोग्राम जिहड़ा असी अंतरराष्ट्रीय दिवस ते वूमेन डे मनाया जा रहा है वो बारे है। असी तलवंडी विच प्रोग्राम कर रहे हैं जिदे विच कि असी औरतों के वख वख हकों बारे गल की है या औरतों विच जिहड़े साडे सेंटरां दे विच दिवस मनाए जाते हैं जिवें गोद भराई दिवस मनाया जाता या अनप्रशन दिवस मनाया जाता एक फंक्शन की तरह मनाए जाते हैं। साडा सारिआं नूं इही संदेश है कि बेटी बचाओ बेटी पढ़ाओ, असी बेटियां नूं पढ़ाउणा है अगे वधाउणा है, इस बारे साडा संदेश है। एक असी यह दसना चाहते हैं सरकार ने जिहड़ी PMMVY की स्कीम है उदे विच हर एक प्रैगनेंट औरत नूं 5000 रुपए की राशि मिलती है जिहड़ी कि किश्तां च मिलती है। इहदे विच कुछ लोग हैगे वैसे तो बहुत जणिआं ने अपलाई किया सी, सानूं है हरेक बंदे का अपलाई होना चाहिए पर कई डाकूमेंट्स के असी मार खा जाने जिहदे विच कि सानूं आधार कार्ड या कोई डाकूमेंट्स नहीं मिलते। साडी लोकां दे अगे ये गुजारिश है तुसीं आपदे खाते खुलवाओ डाकूमेंट्स लो क्योंकि ये पैसा सीधा खाते विच आउंदा है पर कई लोग फिर भी लापरवाही कर जांदे आ, पर असीं ये कहिंदे आ इस दा पूरा तो पूरा लाभ लैणा चाहीदा। हाँ जी हाँ जी असी उन्हां वास्ते सूटां दा इंतजाम किया है, कंबल वगैरह का इंतजाम किया है, गोद भराई की रस्म करावांगे जिहड़े छोटे बच्चे है 6 महीने तक असी उन्हां वास्ते कपड़िया का इंतजाम किया है जिन्ना कुछ असी डिस्ट्रीब्यूट करांगे।